ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਖਵੀਰ ਬਾਦਲ ਦਾ ਨਾਮ ਲੈ ਕੇ ਇੱਕ ਨਵੀਂ ਹੀ ਗੱਲ ਸੁਣਾ ਦਿੱਤੀ ਜਿਸ ਤੋਂ ਬਾਅਦ ਲੋਕ ਹੱਸ ਹੱਸ ਕੇ ਦੂਰੇ ਹੋ ਗਏ ਜਿਨ੍ਹਾਂ ਨੇ ਭਗਵੰਤ ਸਿੰਘ ਮਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਲੋਕਾਂ ਨੇ ਭਗਵੰਤ ਸਿੰਘ ਮਾਨ ਤੋਂ ਇਹ ਵੱਡੀ ਆਸ ਲਗਾਈ ਹੋਈ ਹੈ ਰੋਡ ਸ਼ੋਅ ਜਿਹੜੇ ਨੇ ਕੀਤੇ ਜਾ ਰਹੇ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਬਾਰੇ ਵੀ ਕੁਝ ਸਵਾਲ ਜਵਾਬ ਨੇ ਸੋ ਲਗਾਤਾਰ ਸੁਖਵੀਰ ਬਾਦਲ ਭਗਵੰਤ ਮਾਨ ਜਿਹੜੇ ਲਗਾਤਾਰ ਕੁਝ ਚਿਹਰੇ ਨੇ ਚੋਣ ਪ੍ਰਚਾਰਾਂ ਦੇ ਵਿੱਚ ਨੇ ਸੋ ਆਖਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਨੇ ਸੁਖਵੀਰ ਬਾਦਲ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਇਸ ਖਾਸ ਅਪਡੇਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਲਈ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਉਹਨਾਂ ਨੇ ਗੱਲ ਕਰੀ ਤਾਂ ਸੁਖਬੀਰ ਬਾਦਲ ਦਾ ਨਾਮ ਲੈ ਕੇ ਦੱਸਿਆ ਕਿ ਕਿਸ ਤਰ੍ਹਾਂ ਖੇਤਰੀ ਪਾਰਟੀ ਅਖਵਾਉਣ ਵਾਲੇ ਇਹ ਲੋਕ ਭਾਜਪਾ ਦੀਆਂ ਮਿੰਤਾਂ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਜਿੱਥੇ ਕਿ ਭਾਜਪਾ ਦੇ ਲਈ ਗੱਠ ਜੋੜ ਦੇ ਲਈ ਮਿੰਤਾਂ ਕਰ ਰਹੇ ਨੇ ਪਰ ਭਾਜਪਾ ਵਾਲੇ ਇਹਨਾਂ ਨੂੰ ਮਨਾ ਕਰ ਦਿੰਦੇ ਨੇ ਇਹ ਆਪਣੇ ਆਪ ਨੂੰ ਖੇਤਰੀ ਪਾਰਟੀ ਕਵਾਂਦੇ ਨੇ ਪਰ ਇਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀਆਂ ਮੰਤਾਂ ਦੇ ਵਿੱਚ ਲੱਗੇ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਜਿਹੜੀ ਕਹਾਣੀ ਵੀ ਸੁਣਾਈ ਜਿੱਥੇ ਕਿ ਚੂਹੇ ਤੇ ਕਛੂ ਦੀ ਕਹਾਣੀ ਸੁਣਾਈ ਉਹਨਾਂ ਨੇ ਇੱਕ ਦੂਜੇ ਨਾਲ ਆਪਣੀ ਪੂੰਛ ਨੂੰ ਬੰਨ ਲਿਆ ਤੇ ਕਿਹਾ ਆਪਾਂ ਇਕੱਠੇ ਰਹਾਂਗੇ ਤੇ ਲਗਾਤਾਰ ਕਈ ਦਿਨ ਬੀਤੇ ਸੋ ਕਛੂ ਨੂੰ ਗਰਮੀ ਲੱਗੀ ਪਾਣੀ ਦੇ ਵਿੱਚ ਗਿਆ ਸੋ ਆਖਰ ਉਸੇ ਪਾਣੀ ਵਿੱਚ ਰਹਿਣ ਕਾਰਨ ਚੂਹਾ ਮਰ ਗਿਆ ਤੇ ਉਸ ਤੋਂ ਬਾਅਦ ਜਦੋਂ ਕਛੂ ਬਾਹਰ ਆਇਆ ਦੇ ਉੱਪਰ ਬਾਜ਼ ਸੀ ਤੇ ਬਾਜ਼ ਨੇ ਚਪਟ ਮਾਰੀ ਤੇ ਉਹ ਚੂਹੇ ਨੂੰ ਲੈ ਗਿਆ ਤੇ ਪੂੰਛ ਬੰਨੀ ਹੋਈ ਹੋਣ ਕਰਕੇ ਕਛੂ ਵੀ ਨਾਲ ਹੀ ਗਿਆ ਜਦੋਂ ਲਗਾਤਾਰ ਕਾਫੀ ਦੂਰੀ ਤੋਂ ਕਛੂ ਥੱਲੇ ਡਿੱਗਿਆ ਤਾਂ ਕਛੂ ਢੱਲੇ ਡਿੱਗਣ ਦੇ ਨਾਲ ਮਰ ਗਿਆ ਸੋ ਆਖਰ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਵੀ ਮਾਰਦੇ ਨੇ ਤੇ ਦੂਜੇ ਨੂੰ ਵੀ ਮਾਰਨਗੇ ਆਪ ਤਾਂ ਡੁੱਬਣਗੇ ਤੇ ਦੂਜੇ ਨੂੰ ਵੀ ਡੋਬਣਗੇ ਮੁੱਖ ਮੰਤਰੀ ਨੇ ਕਿਹਾ ਚੂਹਾ ਕੌਣ ਹੈ ਤੇ ਕਛੂ ਕੌਣ ਹੈ ਇਹ ਆਪ ਖੁਦ ਫੈਸਲਾ ਕਾਪ ਕਰ ਲੈਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਲੋਕ ਆਪ ਨੂੰ ਇੱਕ ਹੋਰ ਇਤਿਹਾਸਿਕ ਫਤਵਾ ਦੇਣ ਲਈ ਤਿਆਰ ਨੇ ਉਹਨਾਂ ਕਿਹਾ ਹੈ ਮੈਂ ਚੋਣ ਪ੍ਰਚਾਰ ਲਈ ਜਿੱਥੇ ਵੀ ਜਾ ਰਿਹਾ ਮੈਨੂੰ ਹਰ ਪਾਸੇ ਲੋਕਾਂ ਦਾ ਭਰਮਾ ਹੁੰਗਾਰਾ ਅਤੇ ਸਮਰਥਨ ਮਿਲ ਰਿਹਾ ਹੈ ਉਹਨਾਂ ਕਿਹਾ ਹੈ ਕਿ 1 ਜੂਨ ਨੂੰ VOTING MACHINE ਦੀ ਆਵਾਜ਼ ਦੇ ਵਿੱਚ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੀ ਆਖਰੀ ਚੀਕ ਵਾਂਗ ਹੋਵੇਗੀ ਲੋਕਾਂ ਨੂੰ ਸੰਬੋਧਨ ਕਰਦੇ ਆ ਮਾਨ ਨੇ ਕਿਹਾ ਇਸ ਸਮੇਂ ਵੀ ਉਹਨਾਂ ਨਾਲ ਰੋਡ ਸ਼ੋ ਜਿਹੜਾ ਹੈ ਭਰਿਆ ਹੋਇਆ ਇਸ ਪਿਆਰ ਦਾ ਕਰਜ਼ਾ ਉਹ ਕਦੇ ਵੀ ਨਹੀਂ ਚੁਕਾ ਸਕਦੇ ਨੇ ਦੂਜੇ ਪਾਸੇ ਲੋਕ ਦੂਜੇ ਸਿਆਸਤਦਾਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣਦੇ ਨੇ ਉਹਨਾਂ ਕਿਹਾ ਏ ਤੁਸੀਂ ਤੁਹਾਡੇ ਵਰਗੇ ਆ ਤੇ ਅਸੀਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਆਏ ਆ ਮੈਂ ਤੁਹਾਡੇ ਦਰਦ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਭਗਵੰਤ ਮਾਨ ਨੇ ਕਿਹਾ ਏ ਉਹਨਾਂ ਨੇ ਸਿਰਫ 2 ਸਾਲਾਂ 'ਚ 43000 ਸਰਕਾਰੀ ਨੌਕਰੀਆਂ ਦਿੱਤੀਆਂ ਤੁਹਾਡੇ ਧੀ ਪੁੱਤਰ ਬਿਨਾਂ ਰਿਸ਼ਵਤ ਜਾਂ ਸ਼ਿਫਾਰਿਸ਼ ਤੋਂ ਐਸਡੀਓ ਪਟਵਾਰੀ ਇਤੇ ਆਫਸਰ ਬਣ ਰਹੇ ਨੇ ਉਹਨਾਂ ਕਿਹਾ ਇਹ ਉਹ ਤੁਹਾਡੇ ਕਾਰੋਬਾਰ ਦੇ ਵਿੱਚ ਹਿੱਸਾ ਮੰਗਦੇ ਸਨ ਮੈਂ ਸਿਰਫ 3 ਕਰੋੜ ਪੰਜਾਬੀਆਂ ਦਾ ਦਰਦ ਸਾਂਝਾ ਕਰਨਾ ਚਾਹੁੰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਦਿੱਲੀ ਚ ਲੋਕਾਂ ਨੇ 25 ਮਈ ਭਾਜਪਾ 25 ਮਈ ਭਾਜਪਾ ਗਈ ਅਤੇ ਭਾਜਪਾ ਦਾ ਬੁਰਾ ਹਾਲ ਬਾਹਰ ਆ ਗਿਆ ਕੇਜਰੀਵਾਲ ਦੇ ਨਾਰੇ ਵੀ ਜਿਹੜੇ ਨੇ ਲਗਾਏ ਗਏ ਨੇ ਸੋ ਆਖਰ ਜੇ ਗੱਲ ਕਰੀਏ ਤਾਂ ਬਿਲਕੁਲ 16 ਮਈ ਨੂੰ ਪੰਜਾਬ ਦੇ ਵਿੱਚ ਕੇਜਰੀਵਾਲ ਆ ਰਹੇ ਨੇ ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਉਹ ਮੱਥਾ ਟੇਕਣਗੇ ਫਿਰ ਉੱਥੇ ਰੋਡ ਸ਼ੋ ਵੀ ਕਰਨਗੇ ਮੁੱਖ ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਵੀ ਨਰਿੰਦਰ ਮੋਦੀ ਮੰਗਲ ਸੂਤਰ ਅਤੇ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ ਮਾਨ ਨੇ ਕਿਹਾ ਇਹ ਭਾਜਪਾ ਨਫ਼ਰਤ ਅਤੇ ਡਰ ਦੀ ਰਾਜਨੀਤੀ ਕਰ ਰਹੀ ਹੈ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਪੰਜਾਬ ਦੇ ਵਿੱਚ ਜਣਾ ਨਾ ਲਾਉਣ ਦੇਣ ਉਹਨਾਂ ਕਿਹਾ ਇਹ ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ ਅਸੀਂ ਗੁਰਪੁਰਬ ਈਦ ਅਤੇ ਰਾਮ ਨੌਮੀ ਵਰਗੇ ਤਿਹਾਰ ਇਕੱਠੇ ਹੋ ਕੇ ਮਨਾ ਰਹੇ ਆ ਭਗਵੰਤ ਸਿੰਘ ਮਾਨ ਨੇ ਕਿਹਾ ਕਿ 4 ਜੂਨ ਤੋਂ ਬਾਅਦ ਆਪ ਕੇਂਦਰ ਸਰਕਾਰ ਚ ਸਭ ਤੋਂ ਵੱਡੀ ਭਾਈਵਾਲ ਹੋਵੇਗੀ ਪੰਜਾਬ ਦੇ 13 ਸੰਸਦ ਮੈਂਬਰ ਅਤੇ ਪਾਰਟੀ ਦਿੱਲੀ, ਗੁਜਰਾਤ, ਅਸਾਮ ਅਤੇ ਕੁਰਕ ਖੇਤਰ ਵਿੱਚ ਆਪਣੀਆਂ ਸੀਟਾਂ ਜਿੱਤ ਰਹੀ ਹੈ ਆਪ ਦੇ 13 40 ਸੰਸਦ ਮੈਂਬਰ ਹੋਣਗੇ ਤਾਂ ਕੋਈ ਵੀ ਪੰਜਾਬ ਦੇ ਫੰਡਾਂ ਨੂੰ ਰੋਕ ਨਹੀਂ ਸਕੇਗਾ ਭਗਵੰਤ ਮਾਨ ਨੇ ਕਿਹਾ ਇਹ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ ਉਸ ਦੇ ਵਿੱਚ ਕਈ ਘੰਟੇ ਬਿਜਲੀ ਨਹੀਂ ਆਉਂਦੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਦਾਇਤ ਦਿੱਤੀ ਅਤੇ ਉਹ ਵੀ ਦਿਨ ਦੇ ਸਮੇਂ ਤਾਂ ਜੋ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਆਖਰ ਇਹ ਲੋਕ ਜਿਹੜੇ ਨੇ ਅੱਜ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝ ਰਹੇ ਨੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਆਖਰ ਅਸੀਂ ਆਪ ਕਿੰਨੇ ਕੋ ਜਿਹੜੇ ਪਾਣੀ ਦੇ ਵਿੱਚ ਆ ਇਹ ਸਾਡੇ ਕੰਮਾਂ ਦੇ ਉੱਤੇ ਟੀਕਾ ਟਿੱਪਣੀਆਂ ਕਰਦੇ ਨੇ ਸਾਡੇ ਕੰਮਾਂ ਨੂੰ ਇਹ ਲੋਕ ਇੰਜ ਸਮਝਦੇ ਨੇ ਜਿਵੇਂ ਕੋਈ ਸ਼ਾਇਦ ਕੋਈ ਕੰਮ ਜਿਹੜਾ ਹੈ ਅਸੀਂ ਨਾ ਹੀ ਕੀਤਾ ਹੋਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਖਰ ਅਸੀਂ ਆਪ ਖੁਦ ਜਿਹੜੇ ਇਹਨਾਂ ਲੋਕਾਂ ਦੇ ਦਰਦਾਂ ਨੂੰ ਸਮਝਦੇ ਹਾਂ ਪਰ ਇਹਨਾਂ ਲੋਕਾਂ ਨੇ ਕੱਖ ਵੀ ਨਹੀਂ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਆ ਇਹ ਵਿਅੰਗ ਕਰਦੇ ਆ ਕਿ ਹਾਏ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਕੱਛੂ ਅਤੇ ਚੂਹੇ ਦੀ ਦੋਸਤੀ ਵਾਲਾ ਇਹ ਦੋਵੇਂ ਇੱਕ ਦੂਜੇ ਨਾਲ ਲੜ ਕੇ ਖਤਮ ਹੋ ਜਾਣਗੇ ਸੁਖਬੀਰ ਬਾਦਲ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਕੁਝ ਹਫ਼ਤੇ ਪਹਿਲਾਂ ਉਹ ਭਾਜਪਾ ਤੋਂ ਗੱਠ ਜੋੜ ਦੀ ਭੀਖ ਮੰਗਦੇ ਹੋਏ ਦੇਖੇ ਗਏ ਨੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਬੋਲਦੇ ਆ ਕਿਹਾ ਹੈ ਕਿ ਮੁਗਲ ਸਾਮਰਾਜ ਵੇਲੇ ਉਹਨਾਂ ਦਾ ਪਰਿਵਾਰ ਮੁਗਲਾਂ ਦੇ ਨਾਲ ਸੀ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ਾਂ ਦੇ ਨਾਲ ਸੀ ਅਤੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਕੈਪਟਨ ਭਾਜਪਾ ਦੇ ਵਿੱਚ ਨੇ ਕਿਉਂਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ ਜੋ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਸ ਦੇ ਨਾਲ ਹੁੰਦੇ ਨੇ ਮਾਨ ਨੇ ਰਵਨੀਤ ਬਿੱਟੂ ਨੂੰ ਵੀ ਘੇਰਦਿਆਂ ਕਿਹਾ ਉਹਨਾਂ ਵਰਗੇ ਆਗੂ ਬਿਨਾਂ ਸਟੈਂਡ ਦੇ ਨੇ ਉਹ ਗਲਤ ਤਰੀਕੇ ਨਾਲ ਸਰਕਾਰੀ ਘਰ ਚ ਰਹਿ ਰਹੇ ਸੀ ਅਤੇ ਅਸੀਂ ਉਹਨਾਂ ਤੋਂ 1 ਕਰੋੜ ਚ 84 ਲੱਖ ਰੁਪਏ ਵਸੂਲ ਲਏ ਹੁਣ ਉਹ ਭਾਜਪਾ ਦਫ਼ਤਰ ਚ ਸੌ ਰਹੇ ਨੇ ਇਹਨਾਂ ਆਗੂਆਂ ਤੇ ਇਹਨਾਂ ਦੇ ਨਾਟਕਾਂ ਦੇ ਪਿੱਛੇ ਨਾ ਫਸਣਾ ਉਹ ਪੰਜਾਬ ਨੂੰ ਲੁੱਟਣ ਲਈ ਆਏ ਹੋਏ ਨੇ ਉਹਨਾਂ ਹਾਏ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਇਨੀ ਤਾਕਤ ਅਤੇ ਪ੍ਰਸਿੱਧੀ ਕਿਸੇ ਦਾ ਵੀ ਦਿਮਾਗ ਖਰਾਬ ਕਰ ਸਕਦੀ ਹੈ ਫਿਰ ਮੈਂ ਕਿਵੇਂ ਜ਼ਮੀਨ ਤੇ ਜੁੜਿਆ ਹੋਇਆ ਹਾਂ ਮੈਂ ਉਸ ਨੂੰ ਕਿਹਾ ਮੈਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮਸ਼ਹੂਰ ਸੀ ਮੈਂ ਪ੍ਰਸਿੱਧੀ ਤੋਂ ਮੁਕਤ ਹਾਂ ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਜਾਣੂ ਹਾਂ ਮੈਂ ਕਿਹਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਇਸ ਵੋਟ ਦੇ ਅਧਿਕਾਰ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਨੇ ਇਸ ਲਈ ਇਸ ਦੀ ਵਰਤੋਂ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਕਰੋ ਨਾ ਕਿਹਾ ਇਹ ਆਪ ਸਰਕਾਰ ਨੇ ਹਮਲਾਵਰ ਹਵਾਈ ਅੱਡੇ ਦਾ ਨਾਂ ਹਲਵਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਮੋਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਰੱਖਿਆ ਹੈ। ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਪਹਿਲਾ ਹੁਕਮ ਭਗਤ ਸਿੰਘ ਅਤੇ ਡਾਕਟਰ ਭੀਮrao ਮੇਦਕਰ ਦੀਆਂ ਫੋਟੋਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਉਣ ਦਾ ਸੀ ਲੁਧਿਆਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਨੇ ਜੋਧਾਂ ਦੇ ਲੋਕਾਂ ਵਿੱਚ ਪਹੁੰਚਣ ਲਈ ਸੀਐਮ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਤੇ ਲੋਕਾਂ ਨੂੰ ਉਹਨਾਂ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਮਿਲ ਕੇ ਸੀਐਮ ਮਾਨ ਨੂੰ ਇਹ ਸੀਟ ਭਾਰੀ ਵੋਟਾਂ ਨਾਲ ਜਿੱਤ ਕੇ ਦੇ ਸਕਣ ਹਾਲਾਂਕਿ ਪੱਪੀ ਨੇ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਖਾਸ ਤੌਰ ਤੇ ਲੋਕ ਉਥੇ ਇਕੱਠੇ ਹੋਏ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭਾਸ਼ਣ ਨੂੰ ਸੁਣਨ ਦੇ ਲਈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ